ਸਾਡੇ ਨਾਲ DSP ਬੂਟਾ ਸਿੰਘ ਗਿੱਲ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ, ਕਿਤੇ ਨਾ ਕਿਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ, ਸਭ ਤੋਂ ਪਹਿਲਾਂ ਇਹ ਸਵਾਲ ਉੱਠੇ ਕਿ ਪੁਲਿਸ ਨੇ 5 ਦਿਨ ਬਾਅਦ FIR ਦਰਜ ਕਿਉਂ ਕੀਤੀ? ਨਹੀਂ, ਪੁਲਿਸ ਦੇ 7 ਤਰੀਕ ਦੀ ਘਟਨਾ, ਪੁਲਿਸ ਦੇ ਮਾਮਲਾ ਜਿਹੜਾ ਹੈ 10 ਤਰੀਕ ਨੂੰ ਧਿਆਨ 'ਚ ਆਇਆ। 10 ਤਰੀਕ ਨੂੰ ਜਿਹੜਾ ਹੈ ਮ੍ਰਿਤਕ ਜਿਹੜਾ ਹੈ ਹਸਪਤਾਲ ਦਾਖਲ ਹੋਇਆ। ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ, ਸਾਡਾ ਆਈ ਉੱਥੇ ਗਿਆ, ਉੱਥੇ ਹਸਪਤਾਲ 'ਚੋਂ ਜਾ ਚੁੱਕਿਆ ਸੀ, ਇਹਦੇ ਘਰ ਜਾ ਕੇ ਇਹਦੀ ਸਟੇਟਮੈਂਟ ਲਿਖੀ ਹੈ। ਉਸ ਤੋਂ ਬਾਅਦ ਇਹ ਦਾਖਲ ਨਹੀਂ ਹੋਇਆ, ਉਹਦੀ ਵੀ ਜਿਹੜੀ ਹੈ ਅਸੀਂ ਕਾਰਵਾਈ ਕੀਤੀ ਹੋਈ ਹੈ। ਉਸ ਤੋਂ ਬਾਅਦ ਜਦੋਂ ਦਾਖਲ ਹੋਇਆ, ਸਾਨੂੰ ਪਤਾ ਲੱਗਿਆ 12 ਤਰੀਕ ਸ਼ਾਮ ਨੂੰ, ਉਸ ਵੇਲੇ ਫਿਰ ਅਸੀਂ ਰਜਿੰਦਰਾ ਹਸਪਤਾਲ ਪਟਿਆਲੇ ਆਏ ਹਾਂ। ਉੱਥੇ ਦਾ ਸਟੇਟਮੈਂਟ ਲਿਖ ਕੇ 13 ਤਰੀਕ 12:30 ਮੋਰਨਿੰਗ ਅਸੀਂ FIR ਦਰਜ ਕਰ ਲਈ, ਔਰ FIR ਵੀ ਜਿਹੜੀ ਹੈ ਬਹੁਤ ਸਖ਼ਤ ਧਾਰਾਵਾਂ ਦਰਜ ਕੀਤੀ ਹੈ, 308, 365 ਕਿਡਨੈਪਿੰਗ ਔਰ SC Act, ਔਰ ਦੋਸ਼ੀਆਂ ਨੂੰ ਵੀ ਜਿਹੜਾ ਹੈ ਨਾਲ ਦੀ ਨਾਲ ਅਸੀਂ ਅਰੈਸਟ ਕਰ ਲਿਆ। ਮਤਲਬ ਪੁਲਿਸ ਵੱਲੋਂ ਕੋਈ ਲਾਪਰਵਾਹੀ ਨਹੀਂ ਹੋਈ? ਇਹ ਤੁਹਾਡੀ ਮੀਡੀਆ ਦੀ ਖਬਰ ਹੈ, ਮੈਂ ਤੁਹਾਨੂੰ ਦਿਖਾ ਸਕਦਾ, ਮੈਂ ਪੜ੍ਹੀ, ਤੁਸੀਂ ਜਿਹੜੀ ਦਿਖਾਈ ਸੀਗੀ। ਅਤੇ ਸਰ, ਲੋ ਐਂਡ ਆਰਡਰ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ ਵੀ ਕਿਵੇਂ ਕੋਈ ਬੰਦਾ ਇੱਕ ਦੂਸਰੇ ਬੰਦੇ ਨੂੰ ਬੰਨ ਕੇ ਇੰਨੀ ਤਸ਼ੱਦਦ ਦੇ ਸਕਦਾ ਹੈ, ਪਲਾਸ ਨਾਲ ਉਹਦਾ ਮਾਸ ਨੋਚਣਾ ਜਾਂ ਬਾਥਰੂਮ ਵੀ ਗੇਰਨਾ ਵੀ ਅਤੇ ਪਲਾਣਾ ਵੀ? ਦੇਖੋ, ਸਮਾਜ ਹੈ, ਹਰ ਤਰ੍ਹਾਂ ਦੇ ਇਨਸਾਨ ਨੇ, ਅੱਛੇ ਵੀ ਇੱਥੇ ਨੇ, ਬੁਰੇ ਵੀ ਇੱਥੇ ਨੇ। ਜੋ ਕਿ ਕਾਨੂੰਨ ਆਪਣੇ ਹੱਥ 'ਚ ਲੈਂਦਾ ਹੈ, ਕੋਈ ਕਿਸੇ ਦੇ ਨਾਲ ਜਾਤੀ ਕਰਦਾ, ਚਾਹੇ ਕੋਈ ਵੀ ਹੈ ਔਰ ਕਿਸੇ ਵੀ ਵਰਗ ਦਾ, ਤਾਂ ਕਾਨੂੰਨ ਦੇ ਅੰਦਰ ਹੈ ਸਾਰੇ, ਕਾਨੂੰਨ ਤੋਂ ਬਾਹਰ ਕੋਈ ਨਹੀਂ। ਉਹਨਾਂ ਨੂੰ ਸਰ ਕਾਨੂੰਨ ਦਾ ਡਰ ਨਹੀਂ ਲੋਕਾਂ ਨੂੰ ਉੱਥੇ ਕੀ ਗੱਲ? ਹਰ ਤਰ੍ਹਾਂ ਦੇ ਲੋਕ ਨੇ, ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਇੱਥੇ ਕਿ ਤੁਸੀਂ ਇਸ ਕੇਸ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ, ਉਹ ਲੋਕਾਂ ਦੇ ਵਿੱਚ ਐਸਾ ਮੈਸੇਜ ਦਿਓ ਕਿ ਆਉਣ ਵਾਲੇ ਸਮੇਂ 'ਚ ਕੋਈ ਆਪਣੀ ਮਨਮਰਜ਼ੀ ਨਾਲ ਕਿਸੇ 'ਤੇ ਜਾਤੀ ਨਾ ਕਰ ਸਕੇ, ਕਾਨੂੰਨ ਆਪਣੇ ਹੱਥ 'ਚ ਲੈ ਕੇ ਕੋਈ ਘਰੋਣਾ। ਸਾਡੀ ਸਰ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਸਹੀ ਸੁਨੇਹਾ ਦੇ ਸਕੀਏ। ਸਰ, ਮੈਂ ਇਹ ਪੁੱਛਣਾ ਚਾਹਾਂਗਾ, ਜਿਹੜੇ ਇਸ ਕੇਸ ਦੇ ਵਿੱਚ ਦੋਸ਼ੀ ਨੇ, ਉਹਨਾਂ ਦੀ ਫੈਮਿਲੀ ਬੈਕਗ੍ਰਾਊਂਡ ਕੀ ਹੈ? ਜਿਹੜੇ ਦੋਸ਼ੀ ਨੇ ਉਹ ਜ਼ਮੀਨਦਾਰ ਨੇ ਪਿੰਡ ਦੇ, ਆਮ ਤਾਂ ਪਿੰਡ ਦੇ ਵਿੱਚ ਹੀ ਰਹਿੰਦੇ ਨੇ। ਸਰ, ਦੋਨੋਂ ਜਿਹੜੇ ਪਾਰਟੀਆਂ ਨੇ, ਜਿਹੜੀ ਪੀੜਿਤ ਪਰਿਵਾਰ ਹੈ, ਕਹਿੰਦੇ ਉਹ ਵੀ ਇਹ ਜਗਮੇਲ ਵੀ ਬੀਬੀ ਭੱਠਲ ਜਿਹਦਾ ਡਰਾਈਵਰ ਰਿਹਾ 4-5 ਸਾਲ, ਅਤੇ ਦੂਜਾ ਕਿਉਂਕਿ ਸਾਰਾ ਪਿੰਡ ਪੈਂਦਾ ਚੰਗਾਲੀ ਵਾਲਾ, ਅਤੇ ਕੋਈ ਪੋਲੀਟੀਕਲ ਦਬਾਅ ਤੁਹਾਡੇ ਉੱਤੇ ਸੀ? ਬਿਲਕੁਲ ਨਹੀਂ, ਅਗਰ ਪੋਲੀਟੀਕਲ ਦਬਾਅ ਹੁੰਦਾ ਫਿਰ ਦੋਸ਼ੀ ਅਰੈਸਟ ਨਹੀਂ ਹੋਣੇ। ਦੋਸ਼ੀ ਤਾਂ ਨਾਲ ਦੀ ਨਾਲ ਅਰੈਸਟ ਨੇ, ਕੇਸ ਦਰਜ ਹੋਣ ਤੋਂ ਸਖ਼ਤ ਰਾਵਾਂ ਤਾਂ ਕੇਸ ਦਰਜ ਕੀਤਾ ਗਿਆ, ਹਰ ਦੋਸ਼ੀ ਵੀ ਨਾਲ ਦੀ ਨਾਲ ਅਰੈਸਟ ਨੇ, ਵਿਦਨ 24 ਆਵਰਸ ਚਾਰੋਂ ਦੇ ਚਾਰੋਂ ਦੋਸ਼ੀ ਜਿਹੜੇ ਅਰੈਸਟ ਨੇ। ਅਰੈਸਟ ਕੌਣ ਹੋਇਆ, ਨਾਮ ਕੀ? ਰਿੰਕੂ, ਉਹਦਾ ਫਾਦਰ ਅਮਰਜੀਤ ਸਿੰਘ, ਲੱਕੀ ਔਰ ਬਿੰਦਰ, ਔਰ ਉਹਨਾਂ ਕੋਲੋਂ ਜਿਹੜੇ ਉਹਨਾਂ ਨੇ ਡੰਡਾ ਛੋਟੀਆਂ ਇਹਨੂੰ ਪੁੱਟਣ ਲਈ ਵਰਤੇ ਸੀ, ਔਰ ਰੱਸਾ ਜਿਸ ਨਾਲ ਇਹਨੂੰ ਬੰਨਿਆ ਸੀ, ਉਹ ਵੀ ਮੈਂ ਨਾਲ ਦੇ ਨਾਲ ਰਿਕਵਰ ਕੀਤਾ ਹੈ। ਸਰ, ਇਹਨਾਂ ਦਾ ਕੋਈ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਰਿਹਾ ਇਹਨਾਂ ਦਾ? ਨਹੀਂ, ਅਜੇ ਤੱਕ ਕੋਈ ਰਿਕਾਰਡ 'ਤੇ ਨਹੀਂ ਆਇਆ। ਅਤੇ ਸਰ, ਕਿਹਾ ਜਾ ਰਿਹਾ ਕਿ ਕੋਈ ਇਹਨਾਂ ਦੇ ਫੈਮਿਲੀ ਦੀ ਕੋਈ ਲੇਡੀ ਵੀ ਸੀ ਜੋ ਇਹਨਾਂ ਨੂੰ ਪ੍ਰੋਤਸਾਹਿਤ ਕਰ ਰਹੀ ਸੀ? ਇਹਨਾਂ ਨੂੰ ਐਸੀ ਗੱਲ ਨਹੀਂ ਸਾਹਮਣੇ, ਜੋ ਉਹਨੇ ਸਟੇਟਮੈਂਟ ਦਿੱਤੀ ਹੈ ਮ੍ਰਿਤਕ ਨੇ ਉਹ ਸਟੈਂਡ ਕਰ ਰਹੀ ਹੈ। ਦੇਖੋ, ਉਹਦੇ ਮੁਤਾਬਕ ਕਾਰਵਾਈ ਹੋਈ ਹੈ, ਉਹਦੇ ਆਧਾਰ 'ਤੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਐਸਾ ਕੋਈ ਪਕਸ਼ ਨਹੀਂ ਆਇਆ ਜਿਹਦੇ ਵਿੱਚ। ਜਗਮੇਲ ਦੇ ਭਰਾ ਨਾਲ ਵੀ ਪਹਿਲਾਂ ਕਹਿੰਦੇ ਕੁੱਟਮਾਰ ਹੋਈ ਸੀਗੀ? ਉਹ ਦੇਖੋ, ਪੁਰਾਣੀ ਗੱਲ ਹੈ, ਸਾਡੇ ਸੈਂਸ ਨਹੀਂ ਹੈ। ਸਰ, ਲੇਕਿਨ ਕੀ ਦਲਿਤ ਵਰਗ ਨਾਲ ਇੱਦਾਂ ਹੁੰਦਾ ਰਹਿੰਦਾ ਹੈ ਜੀ? ਕਿਉਂਕਿ ਜੇ ਜਗਮੇਲ ਦੇ ਭਰਾ ਨਾਲ ਵੀ ਪਹਿਲਾਂ ਹੋਇਆ, ਹੁਣ ਜਗਮੇਲ ਨਿਸ਼ਾਨਾ ਬਣਿਆ, ਕੀ ਹੋਰ ਵੀ ਇੱਦਾਂ ਦੇ ਕੋਈ ਲੋਕ ਹੋਣਗੇ? ਇਹਦੇ ਵਿੱਚ ਹਰ ਇਨਸਾਨ ਜਿਹੜਾ ਹੈ ਸਨਮਾਨ ਦਾ ਪਾਤਰ ਹੈ, ਤਾਂ ਕਾਨੂੰਨ ਦਾ ਉਹਨੂੰ ਸੁਰੱਖਿਆ, ਜੋ ਵਿਅਕਤੀ ਕਾਨੂੰਨ ਹੱਥ 'ਚ ਲੈਂਦਾ ਹੈ ਉਹ 'ਤੇ ਸਖ਼ਤ ਤੋਂ ਸਖ਼ਤ ਹੋਈ ਪਹਿਲਾਂ ਵੀ ਹੁੰਦੀ ਰਹੀ ਹੈ, ਹੁਣ ਵੀ ਹੁੰਦੀ ਰਹੇਗੀ, ਇਸ ਕੇਸ ਵੀ ਹੋਈ ਹੈ, ਔਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜੋ ਕਾਨੂੰਨ ਹੱਥ 'ਚ ਲੈ ਕੇ ਕਿਸੇ ਨਾਲ ਜਾਤੀ ਕਰਦਾ ਉਹਨੂੰ ਕਿਤੇ ਵੀ ਮਾਫ਼ੀ ਨਹੀਂ ਦਿੱਤੀ ਜਾਏਗੀ, ਔਰ ਨਾ ਹੀ ਕਿਸੇ ਕਦਮ 'ਤੇ ਉਹਦੇ ਨਾਲ ਕੋਈ ਨਰਮੀ ਵਰਤੀ ਜਾਏਗੀ। ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨੂੰ ਕੋਰਟ ਨੂੰ ਰਿਕੁਐਸਟ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਏਗੀ। ਸਰ, ਤੁਸੀਂ ਕਿਹਾ ਕਿ ਪੁਲਿਸ ਵੱਲੋਂ ਲਾਪਰਵਾਹੀ ਨਹੀਂ ਹੋਈ, ਲੇਕਿਨ ਜੋ ਕੱਲ੍ਹ ਤ੍ਰਿਪੁਰਿੰਦਰ ਬਾਜਵਾ ਸਾਹਿਬ, 3 ਕੈਬਨਿਟ ਮੰਤਰੀ ਮੌਜੂਦ ਸੀ, ਕੈਪਟਨ ਸੰਦੀਪ ਸੰਧੂ ਮੌਜੂਦ ਸੀਗੇ, ਉਸ ਮੀਟਿੰਗ ਵਿੱਚ ਇੱਕ ਪੁਆਇੰਟ ਇਹ ਰੱਖਿਆ ਗਿਆ ਵੀ ADGP ਲੈਵਲ ਦੀ ਇੱਕ ਕਮੇਟੀ ਬਣੇਗੀ, ਸਿੱਟ ਬਣੇਗੀ, ਜੋ ਕਿ ਇਨਕੁਆਇਰੀ ਕਰੇਗੀ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਜਿਨ੍ਹਾਂ ਨੇ ਲਾਪਰਵਾਹੀ ਵਰਤੀ। ਤਾਂ ਚਲੋ, ਇਨਕੁਆਇਰੀ ਦਾ ਮੈਟਰ ਹੈ ਨਾ, ਉਹਨਾਂ ਦਾ ਪੁਆਇੰਟ ਤੁਸੀਂ, ਉਹਨਾਂ ਨੇ ਇਨਕੁਆਇਰੀ, ਮਤਲਬ ਉਹ ਸਰਕਾਰ ਮੰਨਦੀ ਹੈ ਕਿ ਲਾਪਰਵਾਹੀ ਹੋਈ ਹੈ ਪੁਲਿਸ? ਉਹ ਤਾਂ ਇਨਕੁਆਇਰੀ ਬਿਠਾਈ ਹੈ, ਤਾਂ ਉਹਨਾਂ ਨੇ ਆਪਣਾ ਪੱਖ ਰੱਖਿਆ, ਜਾਂਚ ਅਫਸਰ ਨੇ ਆਪਣੀ ਜਿਹੜੀ ਇਨਕੁਆਇਰੀ ਕਰਨੀ ਹੈ, ਪੁਲਿਸ ਨੇ ਆਪਣਾ ਪੱਖ ਰੱਖਣਾ,
ਜਿਹੜੇ ਤੇ ਕੋਈ ਦੋਸ਼ ਲਾ ਰਿਹਾ। ਮਤਲਬ ਤੁਹਾਡੇ ਮੁਤਾਬਕ ਪੁਲਿਸ ਨੇ ਬਿਲਕੁਲ ਠੀਕ ਕੰਮ ਕੀਤਾ? ਬਿਲਕੁਲ ਬਿਲਕੁਲ ਠੀਕ ਕੰਮ ਕੀਤਾ, ਔਰ ਮੈਂ ਮੀਡੀਆ ਨੂੰ ਰਿਕੁਐਸਟ ਕਰਾਂਗਾ ਕਿ ਜਿਹੜਾ ਹੈ ਲੋਕਾਂ ਦੇ ਵਿੱਚ ਇਸ ਕੇਸ ਨੂੰ ਜਿਹੜਾ ਇਸ ਤਰੀਕੇ ਨਾਲ ਮੈਸੇਜ ਆਵੇ ਕਿ ਅੱਗੇ ਤੋਂ ਕੋਈ ਵੀ ਜਿਹੜਾ ਹੈ ਵਿਅਕਤੀ ਕਾਨੂੰਨ ਹੱਥ ਲੈ ਕੇ ਕਿਸੇ ਨਾਲ ਜਾਤੀ ਨਾ ਕਰੇ। ਬਿਲਕੁਲ, ਬਹੁਤ ਬਹੁਤ ਧੰਨਵਾਦ। ਤਾਂ ਇਹ ਨੇ ਬੂਟਾ ਸਿੰਘ ਗਿੱਲ ਜੀ, ਡੀ ਐਸ ਪੀ, ਜਿਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੁਣਿਆ ਹੈ ਕਿ ਉਹਨਾਂ ਲੋਕਾਂ ਨੂੰ ਸਮਾਜ ਦੇ ਵਿੱਚ ਵਿਚਰਦੇ ਲੋਕਾਂ ਨੂੰ ਕਿ ਕਾਨੂੰਨ ਨੂੰ ਹੱਥ ਵਿੱਚ ਨਾ ਲਿਆ ਜਾਵੇ, ਇਹ ਅਸੀਂ ਵੀ ਅਪੀਲ ਕਰਦੇ ਹਾਂ, ਕਾਨੂੰਨ ਨੂੰ ਹੱਥ ਵਿੱਚ ਨਾ ਲਿਆ ਜਾਵੇ। ਅਤੇ ਬੰਦਾ ਧਰਮਾਂ ਵਿੱਚ ਅਸੀਂ ਆਪ ਵੰਡਦੇ ਹਾਂ, ਬੰਦਾ ਪਹਿਲਾ ਬੰਦਾ ਹੁੰਦਾ ਹੈ, ਇਸ ਚੀਜ਼ ਨੂੰ ਜ਼ਰੂਰ ਸਮਝਿਆ ਜਾਵੇ। ਅਤੇ ਵੱਡੀ ਗੱਲ ਇਹ ਕਿ ਇਹਨਾਂ ਦਾ ਕਹਿਣਾ ਹੈ ਡੀ ਐਸ ਪੀ ਸਾਹਿਬ ਦਾ ਕਿ ਪੁਲਿਸ ਵੱਲੋਂ ਲਾਪਰਵਾਹੀ ਨਹੀਂ ਹੋਈ ਹੈ, ਇਹਨਾਂ ਦੇ ਮਾਮਲੇ ਧਿਆਨ ਵਿੱਚ ਜਿਵੇਂ ਮਾਮਲਾ ਆਇਆ ਉਸ ਤੋਂ ਬਾਅਦ ਇਨਕੁਆਇਰੀ ਹੋਈ, ਬਿਆਨ ਦਰਜ ਕੀਤੇ ਗਏ, FIR ਦਰਜ ਕੀਤੀ ਗਈ। ਪਰ ਬੀਤੇ ਕੱਲ੍ਹ ਜੋ ਇੱਕ ਮੀਟਿੰਗ ਕੈਬਨਿਟ ਮੰਤਰੀਆਂ ਦੇ ਨਾਲ ਪਰਿਵਾਰ ਦੀ ਹੋਈ, ਪੀੜਿਤ ਪਰਿਵਾਰ ਦੀ, ਉਸ ਵਿੱਚ ਇੱਕ ਪੁਆਇੰਟ ਰੱਖਿਆ ਗਿਆ ਕਿ ਲਾਪਰਵਾਹੀ ਜਿਹਨਾਂ ਪੁਲਿਸ ਵਾਲਿਆਂ ਨੇ ਵਰਤੀ ਹੈ ਉਹਨਾਂ ਦੇ ਖਿਲਾਫ਼ ਇੱਕ ADGP ਲੈਵਲ ਦੇ ਅਧਿਕਾਰੀ ਵੱਲੋਂ ਬਣਾਈ ਸਿੱਟ ਇਨਕੁਆਇਰੀ ਕਰੇਗੀ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੁਣ ਕਿਸ ਦੀ ਗੱਲ ਠੀਕ ਹੈ, DSP ਸਾਹਿਬ ਵੀ ਠੀਕ ਹੈ ਕਿ ਲਾਪਰਵਾਹੀ ਨਹੀਂ ਹੋਈ, ਜਾਂ ਫਿਰ ਜੋ ਸਰਕਾਰ ਕਹਿ ਰਹੀ ਹੈ ਜਾਂ ਪੀੜਿਤ ਪਰਿਵਾਰ ਕਹਿ ਰਿਹਾ ਹੈ ਕਿ ਨਹੀਂ ਲਾਪਰਵਾਹੀ ਪੁਲਿਸ ਵੱਲੋਂ ਹੋਈ ਹੈ, ਦੂਜੀ ਗੱਲ ਇਹ ਵੀ ਹੈ ਕਿ ਲਾਪਰਵਾਹੀ ਡਾਕਟਰਾਂ ਵੱਲੋਂ ਵੀ ਹੋਈ ਹੈ, ਲਾਪਰਵਾਹੀ ਸਿਹਤ ਮੰਤਰੀ ਦੀ ਆਪਾਂ ਕਹਾਂਗੇ ਕਿਉਂਕਿ ਸਿਹਤ ਮੰਤਰੀ ਦਾਅਵਾ ਕਰਦੇ ਨੇ ਸਿਹਤ ਸੇਵਾਵਾਂ ਬਿਲਕੁਲ ਦਰੁਸਤ ਨੇ, ਪਰ ਨਜ਼ਰ ਨਹੀਂ ਆਈਆਂ ਜਗਮੇਲ ਦੇ ਮਾਮਲੇ ਦੇ ਵਿੱਚ। ਕੈਮਰਾ ਪਰਸਨ ਕਮਲ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ, ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ $3,000-$5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।